ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਲੋਕਾਂ ਦੀ ਆਪਣੇ ਧਰਮਾਂ ਪ੍ਰਤੀ ਬੜੀ ਸ਼ਰਧਾ ਤੇ ਭਾਵਨਾ ਹੈ। ਪਰ ਕਈ ਵਾਰ ਕੋਈ ਅਜਿਹੀ ਘਟਨਾ ਸਾਹਮਣੇ ਆ ਜਾਂਦੀ ਹੈ ਜਿਸ ਕਾਰਨ ਧਾਰਮਿਕ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਜਾਂਦੀ ਹੈ। ਮਾਮਲਾ ਹੁਸ਼ਿਆਰਪੁਰ ਦਾ ਏ ਜਿੱਥੋਂ ਦੇ ਪਿੰਡ ਦੇਹਲਾ 'ਚ ਇੱਕੋ ਥਾਂ ਤੇ ਗੁਰਦੁਆਰਾ ਤੇ ਪੀਰ ਦੀ ਮਜ਼ਾਰ ਬਣੀ ਹੋਈ ਹੈ ਜਿਸ 'ਚ ਕੁੱਝ ਸ਼ਰਾਰਤੀ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਤੋਂ ਪੀਰ ਵਾਲੀ ਥਾਂ ਤੇ ਅਰਦਾਸ ਕਰਵਾਈ ਗਈ ਹੈ ਜਿਸ ਤੋਂ ਬਾਅਦ ਸਤਿਕਾਰ ਕਮੇਟੀ ਵੱਲੋਂ ਮਾਮਲੇ ਤੇ ਜਲਦ ਕਾਰਵਾਈ ਕਰਦੇ ਹੋਏ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਟਾਉਣ ਦੀ ਮੰਗ ਕੀਤੀ ਗਈ ਸੀ ਪਰ ਇਸ ਦੇ ਵਿਰੋਧ 'ਚ ਕਈ ਪਿੰਡਾਂ ਦੇ ਲੋਕਾਂ ਨੇ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਸਾਡਾ ਗੁਰਦੁਆਰੇ ਸਾਹਿਬ ਦਾ ਇਤਿਹਾਸ ਬਹੁਤ ਪੁਰਾਣਾ ਇਤਿਹਾਸ ਹੈ, ਪੂਰਾ ਇਲਾਕਾ ਇਸ ਜਗ੍ਹਾ ਦਾ ਸਤਿਕਾਰ ਕਰਦਾ। ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੇ ਹਾਂ। ਸਾਰੀਆਂ ਸੰਗਤਾਂ ਇਸ ਜਗ੍ਹਾ ਦਾ ਬਹੁਤ ਸਤਿਕਾਰ ਕਰਦੀਆਂ ਔਰ ਬਾਬੇ ਦੀ ਜਗ੍ਹਾ ਅਲੱਗ ਹੈ, ਗੁਰੂ ਗ੍ਰੰਥ ਸਾਹਿਬ ਦਾ ਜੋ ਹੈ ਪ੍ਰਕਾਸ਼ ਅਲੱਗ ਕੀਤਾ ਗਿਆ। ਪੂਰੀ ਮਰਿਆਦਾ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਸੇਵਾ ਕਰ ਰਹੇ ਹਾਂ ਔਰ ਜੋ ਪੀਰ ਦੀ ਪੀਰ ਬਾਬੇ ਦੀ ਜਗ੍ਹਾ ਹੈਗੀ ਆ ਉਹਦੇ ਮੁਤਾਬਕ ਉਹਦੀ ਸੇਵਾ ਕਰ ਰਹੇ ਹਾਂ ਔਰ ਦੋਨਾਂ ਦੇ ਵਿੱਚ ਕੋਈ ਵੀ ਮੇਲ ਨਹੀਂ ਆ। ਅਲੱਗ ਅਲੱਗ ਦੋਨੇ ਜਗ੍ਹਾ ਹੈਗੀਆਂ ਔਰ ਅਲੱਗ ਅਲੱਗ ਸੇਵਾਦਾਰ ਹੈ, ਅਲੱਗ ਅਲੱਗ ਅਰਦਾਸਾਂ ਹੁੰਦੀਆਂ। ਕੋਈ ਵੀ ਅਰਦਾਸ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਪੀਰ ਬਾਬੇ ਦੇ ਅੰਦਰ ਜਾ ਕੇ ਨਹੀਂ ਕਰਦੇ। ਇਹ ਸਿਰਫ ਦੁਨੀਆਂ ਨੂੰ ਭੜਕਾਉਣ ਵਾਸਤੇ ਜ਼ਬਰਦਸਤੀ ਅਰਦਾਸ ਕਰਾਈ ਗਈ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਨਾਂ ਲੈ ਕੇ ਪੀਰ ਬਾਬੇ ਦੀ ਜਗ੍ਹਾ ਦੇ ਅੰਦਰ ਅਰਦਾਸ ਕਰੋ। ਇਹ ਸਭ ਝੂਠ ਹੈ। ਸਾਡਾ ਇਸ ਜਗ੍ਹਾ ਦਾ ਪੂਰਾ ਸਾਡਾ ਇਹਦੇ ਉੱਤੇ ਮਾਣ ਸਤਿਕਾਰ, ਇਹ ਸਾਡੀ ਇੱਥੇ ਜੋ ਆਪਣਾ ਆਸਥਾ ਰੁਕੀ ਹੋਈ ਆ, ਸਾਡੀਆਂ ਇੱਥੇ ਭਾਵਨਾਵਾਂ ਹੈਗੀਆਂ ਔਰ ਸਾਰਾ ਇਲਾਕਾ ਹੀ ਇਸ ਜੋ ਗੁਰਦੁਆਰਾ ਸਾਹਿਬ ਨੂੰ ਬਹੁਤ ਹੀ ਮਾਣ ਸਤਿਕਾਰ ਦਿੰਦਾ ਹੈ। ਸਰਪੰਚ ਨੇ ਪਿੰਡ 'ਚ ਇੱਕੋ ਥਾਂ 'ਤੇ ਬਣੇ ਗੁਰਦੁਆਰਾ ਸਾਹਿਬ ਤੇ ਪੀਰ ਦੀ ਮਜ਼ਾਰ ਦਾ ਇਤਿਹਾਸ ਦੱਸਦਿਆਂ ਸਤਿਕਾਰ ਕਮੇਟੀ ਵੱਲੋਂ ਦਿੱਤੇ ਗਏ ਹੁਕਮ ਨੂੰ ਨਕਾਰ ਦਿੱਤਾ ਹੈ। ਨਾਲ ਹੀ ਕਿਹਾ ਕਿ ਜੇ ਕੋਈ ਸਾਡੀ ਗਲਤੀ ਹੈ ਤਾਂ ਉਸ ਨੂੰ ਠੀਕ ਕੀਤਾ ਜਾਵੇਗਾ। ਕੀਤਾ ਜਾ ਰਿਹਾ, ਕੀ ਵਿਰੋਧ ਹੈ, ਕੀ ਚਾਹੁੰਦੇ ਨੇ? ਸਤਿਕਾਰ ਕਮੇਟੀ ਉਹੀ ਓਬਜੈਕਸ਼ਨ ਕਰ ਰਹੀ ਹੈ ਕਿ ਪੀਰਾਂ ਦੀ ਜਗ੍ਹਾ ਨਾਲ ਹੈਗੀ ਹੈ, ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹੈਗੇ ਆ, ਅਤੇ ਉਹ ਓਬਜੈਕਸ਼ਨ ਕਰ ਰਹੇ ਕਿ ਪੀਰਾਂ ਦੀ ਜਗ੍ਹਾ ਇੱਥੇ ਨਹੀਂ ਹੋਣੀ ਚਾਹੀਦੀ, ਜੋ ਕਿ 300-400 ਸਾਲ ਪੁਰਾਣੀ ਜਗ੍ਹਾ ਹੈਗੀ ਇਸ ਜਗ੍ਹਾ 'ਤੇ। ਬਹੁਤ ਇਹ ਪੀਰ ਬਾਬਾ ਮੁਕਾਮ ਸ਼ਾਹ ਜੀ ਹੈਗੇ, 6ਵੇਂ ਪਾਤਸ਼ਾਹ ਜੀ ਜਦੋਂ ਇੱਥੇ ਆਏ ਸੀਗੇ ਅਤੇ ਉਹਨਾਂ ਨੇ ਉਹਨਾਂ ਨੂੰ ਜਲ ਪਾਣ ਕਰਵਾਇਆ ਸੀ ਅਤੇ ਉਹਨਾਂ ਨੇ ਇਹਨਾਂ ਨੂੰ ਆਸ਼ੀਰਵਾਦ ਦਿੱਤਾ, ਇੱਥੇ ਰਹਿਣ ਦਾ ਬਖਸ਼ਿਸ਼ ਕੀਤੀ ਸੀ। ਇਹ ਦੇਹਲਾ ਪਿੰਡ ਮੁਸਲਮਾਨਾਂ ਦਾ ਪਿੰਡ ਸੀ, ਬਾਕੀ ਸਾਰਾ ਉਜੜ ਗਿਆ, ਹੋਰ ਕੋਈ ਵਿਸ਼ੇਸ਼ ਬਚੇ ਨਹੀਂ, ਸਿਰਫ ਇਹੋ ਹੀ ਇੱਕ ਜਗ੍ਹਾ ਹੈਗੀ ਹੈ ਜਿਹੜੀ ਉਦੋਂ ਦੀ ਇੱਥੇ ਹੈ। ਪਹਿਲਾਂ ਉਜਾੜ ਬੀਆਬਾਨ ਸੀ, ਉਸ ਤੋਂ ਬਾਅਦ ਬਹੁਤ ਵਧੀਆ, ਹੁਣ ਤੁਸੀਂ ਦੇਖ ਰਹੇ ਹਾਂ ਕਿ ਪੀਰਾਂ ਦੀ ਜਗ੍ਹਾ ਜੋ ਮੁਕਾਮ ਸ਼ਾਹ ਜੀ ਦੀ ਬਿਲਕੁਲ ਅਲੱਗ ਹੈ। ਕੋਈ ਮਜ਼ਾਰ ਨਹੀਂ ਹੈ ਇੱਥੇ, ਕੋਈ ਇੱਥੇ ਟੂਣਾ ਨਹੀਂ ਕਰਦਾ, ਕੋਈ ਡੋਲੀ ਨਹੀਂ ਖੇਡਦੀ, ਕੋਈ ਝਾੜ ਫੂਕ ਨਹੀਂ ਹੈ, ਕੋਈ ਇੱਥੇ ਮਤਲਬ ਕਿਸੇ ਢੰਗ ਦੀ ਕੋਈ ਮਤਲਬ ਕਿਸੇ ਢੰਗ ਦਾ ਵੀ ਕੋਈ ਗਲਤ ਕੰਮ ਨਹੀਂ ਹੈ, ਕੋਈ ਸਾਧ ਨਹੀਂ ਬੈਠਾ, ਕੋਈ ਝਾੜ ਕੁਛ ਵੀ ਨਹੀਂ ਹੈਗਾ, ਕੋਈ ਇਹੋ ਜਿਹਾ ਜਿਹੜਾ ਓਬਜੈਕਸ਼ਨ ਹੋਵੇ। ਗ੍ਰੰਥ ਸਾਹਿਬ ਜੀ ਬਿਲਕੁਲ ਨਾਲ ਹਾਲ ਬਹੁਤ ਵੱਡਾ ਹਾਲ ਬਣਾਇਆ ਹੈਗਾ, ਉੱਪਰ ਏਸੀ ਲੱਗੇ ਹੈਗੇ ਆ, ਬਹੁਤ ਵਧੀਆ ਢੰਗ ਨਾਲ ਉਹਨਾਂ ਦੀ ਪ੍ਰੋਪਰ ਸਹੀ ਢੰਗ ਦੇ ਨਾਲ ਜੋ ਵੀ ਹੋਣਾ ਚਾਹੀਦਾ ਹੈਗਾ ਪੂਰੀ ਮਰਿਆਦਾ ਦੇ। ਉਹ ਪੂਰੀ ਸ਼ਰਾਰਤਬਾਜ਼ੀ ਹੈ, ਉਹ ਸਤਿਕਾਰ ਕਮੇਟੀ ਵਾਲੇ ਅਗਰ ਉਹਨਾਂ ਨੂੰ ਓਬਜੈਕਸ਼ਨ ਹੈ ਪਰ ਕਮੇਟੀ ਨਾਲ ਗੱਲ ਕਰ ਸਕਦੇ ਸੀ, ਇਸ ਤਰ੍ਹਾਂ ਵਾਇਰਲ ਕਰਨ ਦੀ ਜ਼ਰੂਰਤ ਹੀ ਨਹੀਂ ਸੀ ਕੋਈ ਵੀ। ਉਹਨੂੰ ਬਣਾ ਕੇ ਇੱਕ ਉਹ ਸਾਡੇ ਗਿਆਨੀ ਸਿੰਘ ਹੈਗੇ ਆ, ਉਹਨਾਂ ਨੂੰ ਇੱਥੇ ਲਿਆ ਕੇ ਅਰਦਾਸ ਕਰੋ ਜੀ, ਪੈਸੇ ਦਿੱਤੇ ਉਹਨਾਂ ਨੇ, ਉਹਨੂੰ ਪੈਸੇ ਦੇ ਕੇ ਅਰਦਾਸ ਕਰਵਾ ਲਈ, ਉੱਥੇ ਅਰਦਾਸ ਕਰਵਾ ਕੇ ਵੀਡੀਓ ਵਾਇਰਲ ਕਰਤੀ ਕਿ ਬਹੁਤ ਹੀ ਦਿਲਾਂ ਦੇ ਵਿੱਚ ਬਹੁਤ ਗਲਤ ਹੋ ਰਿਹਾ ਹੈਗਾ, ਜੋ ਕਿ ਮਨਮਤੀ ਹੋ ਰਿਹਾ ਹੈਗਾ ਅਤੇ ਮਤਲਬ ਆਪਣੇ ਖਾਲਸਾ ਧਰਮ ਦੇ ਖਿਲਾਫ ਹੋ ਰਿਹਾ ਹੈਗਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ। ਪਿੰਡ ਵਾਸੀ ਕੀ ਆ, ਆਲੇ ਦੁਆਲੇ ਦੇ 10-15 ਪਿੰਡ ਦੇ ਸਰਪੰਚ ਆਏ ਹੋਏ ਆ, ਸਾਰੀ ਪੰਚਾਇਤਾਂ ਆਈ ਆ, ਮੇਨ ਬੰਦੇ ਸਾਰੀ ਸੰਗਤ ਪਹੁੰਚੀ ਹੈਗੀ ਆ, ਸਿਰਫ ਇਸੇ ਕਰਕੇ ਕਿ ਪਿੰਡ ਵਾਸੀ ਇਹੋ ਚਾਹੁੰਦੇ ਕਿ ਜਿਵੇਂ ਚੱਲ ਰਿਹਾ ਸਾਡਾ ਇਸੇ ਉਸੇ ਤਰ੍ਹਾਂ ਹੀ ਚੱਲਣਾ ਚਾਹੀਦਾ ਹੈਗਾ,
ਕਿਸੇ ਤਰ੍ਹਾਂ ਹਾਂ ਜੇ ਕਿਸੇ ਜਗ੍ਹਾ 'ਤੇ ਉਹਨਾਂ ਨੂੰ ਲੱਗਦਾ ਕਿ ਕੁਛ ਗਲਤ ਹੈ ਜਾਂ ਕੋਈ ਉਹਨਾਂ ਓਬਜੈਕਸ਼ਨਲ ਹੈ, ਅਸੀਂ ਪਹਿਲਾਂ ਵੀ ਕਹਿ ਰਹੇ ਹਾਂ ਕਿ ਜੇ ਕਿਸੇ ਤਰ੍ਹਾਂ 'ਤੇ ਵੀ ਕੋਈ ਗਲਤ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਬੇਅਦਬੀ ਹੋ ਰਹੀ ਹੈ, ਪੂਰਾ ਸਤਿਕਾਰ ਨਹੀਂ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦਾ, ਤਾਂ ਅਸੀਂ ਹਾਜ਼ਰ ਹੈਗੇ ਹਾਂ, ਅਸੀਂ ਉਸ ਚੀਜ਼ ਨੂੰ ਠੀਕ ਕਰਾਂਗੇ। ਉਹ ਸਾਨੂੰ ਆ ਕੇ ਦੱਸਣ, ਸਾਡੇ ਨਾਲ ਆ ਕੇ ਬੈਠਣ, ਇੱਥੇ ਬੈਠ ਕੇ ਜਿਹੜੀ ਚੀਜ਼ ਹੱਲ ਹੋ ਸਕਦੀ ਹੈ ਉਹ ਇੱਦਾਂ ਵਾਇਰਲ ਕਰਕੇ ਰੌਲਾ ਪਾ ਕੇ ਲੜਾਈ ਕਰਕੇ ਆਉਣੀ ਨਹੀਂ। ਅਸੀਂ ਲੜਾਈ ਦੇ ਹੱਕ ਦੇ ਵਿੱਚ ਨਹੀਂ ਹੈ। ਜਦੋਂ ਮਰਜ਼ੀ ਸਾਨੂੰ ਕਾਲ ਕਰਨ, ਜਿੱਥੇ ਕਹਿਣਗੇ ਅਸੀਂ ਆ ਜਾਵਾਂਗੇ, ਨਹੀਂ ਤਾਂ ਉਹ ਸਾਡੇ ਕੋਲ ਆਉਣ, ਸਾਡੇ ਮਹਿਮਾਨ ਹੈਗੇ ਆ, ਵੈਲਕਮ ਹੈ, ਸਵਾਗਤ ਅਸੀਂ ਕਰਾਂਗੇ ਉਹਨਾਂ ਦਾ ਇੱਥੇ ਆਉਣ 'ਤੇ। ਜੇ ਉਹਨਾਂ ਨੂੰ ਲੱਗਦਾ ਕੁਝ ਗਲਤ ਹੈ ਅਸੀਂ ਉਹਨੂੰ ਠੀਕ ਕਰਾਂ। ਇਸ ਮਾਮਲੇ 'ਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦਾ ਕਹਿਣਾ ਕਿ ਉਹਨਾਂ ਤੋਂ ਇਹ ਜ਼ਬਰਦਸਤੀ ਕਰਵਾਇਆ ਗਿਆ ਸੀ। ਜ਼ਬਰਦਸਤੀ ਅਰਦਾਸ ਕਰਾਏ, ਸਾਨੂੰ ਪਤਾ ਨਹੀਂ ਸੀ ਇਹਨੇ ਕੀ ਕਰਨਾ ਆ। ਕੌਣ ਵਿਅਕਤੀ ਇਹਨੇ ਪਤਾ ਕਿੱਥੋਂ ਆਇਆ ਸੀ ਮੈਨੂੰ ਦੱਸਿਆ ਨਹੀਂ, ਆ ਕੇ ਅੰਦਰ ਵੜ ਗਿਆ। ਕੀ ਕਹਿੰਦੇ ਹੋ? ਅਰਦਾਸ ਕਹਿੰਦਾ ਮੈਂ ਸਾਡੇ ਮੁੰਡੇ ਬਾਹਰ ਨੂੰ ਗਿਆ, ਜਾ ਕੇ ਆਏ, ਦੋ ਵਾਰ ਮੋੜਿਆ ਤਾਂ ਗੱਲ ਨਹੀਂ ਬਣੀ, ਤੁਸੀਂ ਅਰਦਾਸ ਕਰ ਰਹੇ ਹੋ ਕਿੱਥੇ ਕਰੋ? ਇੱਦਾਂ ਕਿਹਾ ਇੱਥੇ ਜਗ੍ਹਾ 'ਤੇ, ਉਹਲੇ ਜਗ੍ਹਾ 'ਤੇ। ਤਾਂ ਕਿਹਨਾਂ ਜਗ੍ਹਾ ਦੇ ਅੰਦਰ ਲੱਗ ਗਿਆ ਜੀ? ਹਾਂਜੀ, ਫਿਰ ਇਹਨਾਂ ਨੂੰ ਸੱਦਿਆ ਤਾਂ ਇਹਨੂੰ ਨਾਲ ਲਿਆ ਫਿਰ ਉਹਨਾਂ ਨੂੰ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਦੁਨੀਆ ਭਰ ਦੀ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਦਬਾਓ ਬੈਲ ਬਟਨ ਐਂਡ ਆਲਸੋ ਲਾਈਕ ਆਰ ਫੇਸਬੁੱਕ ਪੇਜ।